ਹੈਲੋ ਸਟੂਡੈਂਟਸ ਐਮਡੀਐਨ ਆਨਲਾਈਨ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਆਨਲਾਈਨ ਟੈਸਟ ਸਟਾਰਟ ਹੋ ਚੁੱਕੇ ਹਨ ਤੇ ਦੋ ਟੈਸਟ ਤੁਹਾਡੇ ਹੋ ਚੁੱਕੇ ਹਨ ਇਹ ਲੈਕਚਰ ਜੋ 33 ਹੈ ਇਹ ਤੁਹਾਡੇ 3rd ਟੈਸਟ ਲੈਸਨ ਚਾਚੇ ਚੂਹਾ ਮਾਰਿਆ ਜੋ ਜਿੱਦਾਂ ਕਿ ਤੁਹਾਨੂੰ ਸਿਲੇਬਸ ਵਿੱਚ ਦਿੱਤਾ ਗਿਆ ਸੀ ਵਿੱਚ ਲਿਆ ਗਿਆ ਚਾਚਾ ਚੂਹਾ ਮਾਰਿਆ ਟੈਸਟ 3 ਉਸ ਵਿੱਚ ਆਏਗਾ ਕੀ ਕੀ ਉਸ ਦੇ ਐਮਸੀਕਿਊ ਕਿਸ ਟਾਈਪ ਹੋਣਗੇ ਤੇ ट्रू ਫਾਲਸ ਕਿਸ ਟਾਈਪ ਹੋਣਗੇ ਇਹ ਸਭ ਕਰਦੇ ਹਾਂ ਤੁਸੀਂ ਇਸ ਲੈਸਨ ਚ ਪੜਿਆ ਕਿ ਚਾਚਾ ਸ਼ੇਰੂ ਸੀ ਜਿਹਦੇ ਮਾਪਿਆਂ ਨੇ ਉਸ ਦਾ ਨਾਮ ਸ਼ੇਰ ਜੰਗ ਬਹਾਦਰ ਰੱਖਿਆ ਕੁਐਸਚਨ ਹੋ ਸਕਦਾ ਹੈ ਕਿ ਸ਼ੇਰ ਜੰਗ ਬਹਾਦਰ ਦਾ ਨਾਮ ਕਿਸ ਨੇ ਰੱਖਿਆ ਸੀ ਉਸ ਤੇ ਮਾਪਿਆਂ ਨੇ ਠੀਕ ਹੈ ਤੇ ਫਿਰ ਜੋ ਇੱਕ ਵਾਰ ਫੌਜ ਚ ਭਰਤੀ ਹੋ ਜਾਂਦਾ ਹੈ ਉਸ ਦੇ ਸਿਰ ਉੱਤੇ ਜੋ ਫੌਜ ਫੌਜ ਦੇ ਜੋ ਅਫਸਰ ਹੁੰਦੇ ਨੇ ਉਸ ਦੇ ਸਿਰ ਦੇ ਉੱਤੇ ਕੜਾ ਰੱਖ ਕੇ ਗੋਲੀ ਚਲਾਉਂਦੇ ਹਨ ਤਾਂ ਉਹ ਡਰ ਜਾਂਦਾ ਹੈ ਬੇਹੋਸ਼ ਹੋ ਜਾਂਦਾ ਹੈ ਜਿਸ ਕਾਰਨ ਉਸ ਨੂੰ ਫੌਜ ਵਿੱਚ ਭਰਤੀ ਨਹੀਂ ਕੀਤਾ ਜਾਂਦਾ ਤੇ ਵਾਪਸ ਆ ਜਾਂਦਾ ਹੈ ਉਹ ਕਲਕੱਤੇ ਹੀ ਨੌਕਰੀ ਕਰਨ ਲੱਗ ਜਾਂਦਾ ਹੈ ਤੇ ਉਹ ਸਭ ਨੂੰ ਪਤਾ ਹੈ ਕੀ ਕਹਿੰਦਾ ਹੈ ਕੀ ਹੁਣ ਉਹ ਪੈਨਸ਼ਨ ਤੇ ਘਰ ਆਇਆ ਹੈ ਜੰਗ ਕਿਉਂਕਿ ਜੰਗ ਮੁੱਕ ਗਈ ਹੈ ਉਹ ਸਭ ਨੂੰ ਇਹੀ ਕਹਿੰਦਾ ਹੈ ਫਿਰ ਸ਼ੇਰੂ ਦੇ ਕਿੰਨੇ ਭਰਾ ਸਨ ਉਸਦੇ ਭਰਾ ਕੀ ਕੀ ਕਾਰੋਬਾਰ ਕਰਦੇ ਸਨ ਜੈਸੀ ਉਸਦਾ ਵੱਡਾ ਭਰਾ ਦੀ ਸਬਜ਼ੀ ਦੀ ਦੁਕਾਨ ਸੀ ਕੁਐਸਚਨ ਹੋ ਸਕਦਾ ਹੈ ਕਿ ਸ਼ੇਰੂ ਦਾ ਵੱਡਾ ਭਰਾ ਕਿਹੜਾ ਕੰਮ ਕਰਦਾ ਸੀ ਉਸ ਦੀ ਸਬਜ਼ੀ ਦੀ ਦੁਕਾਨ ਸੀ ਕਿ ਚਾਹ ਦੀ ਦੁਕਾਨ ਸੀ ਕੱਪੜੇ ਦੀ ਦੁਕਾਨ ਸੀ ਜਾਂ ਖਡੋਣਿਆਂ ਦੀ ਦੁਕਾਨ ਸੀ ਇਸ ਦਾ ਆਨਸਰ ਕੀ ਹੋਏਗਾ ਸਬਜੀ ਦੀ ਦੁਕਾਨ ਸੀ ਤੁਹਾਨੂੰ ਪਤਾ ਹੈ ਨਾ ਕਿ ਵੱਡੇ ਭਰਾ ਨੇ ਸਬਜੀ ਦੀ ਦੁਕਾਨ ਕੀਤੀ ਸੀ ਇਹ ਵੀ ਕੁਐਸਚਨ ਹੋ ਸਕਦਾ ਹੈ ਜਾਂ ਫਿਰ ਛੋਟੇ ਦੋ ਭਰਾ ਕੀ ਕਰਦੇ ਸਨ ਕਿਹੜਾ ਕੰਮ ਕਰਦੇ ਸਨ ਦੁਕਾਨਦਾਰ ਸਨ ਵਪਾਰੀ ਸਨ ਕਿਸਾਨ ਸਨ ਜਾਂ ਹਲਵਾਈ ਸਨ ਤੇ ਇਸ ਦਾ ਆਨਸਰ ਕੀ ਹੋਆ ਹਲਵਾਈ ਸਨ ਠੀਕ ਹੈ ਔਰ ਜੈਸੇ ਉਹਨਾਂ ਨੇ ਉਸ ਨੂੰ ਇੱਕ ਟੁੱਟਾ ਫੁੱਟਾ ਕਰ ਦਿੱਤਾ ਸੀ ਫਿਰ ਉਹ ਜੋ ਚਾਚਾ ਸ਼ੇਰੂ ਸੀ ਉਹ ਸਭ ਬੱਚਿਆਂ ਨੂੰ ਆਪਣੇ ਬਹਾਦਰੀ ਦੇ ਕਾਰਨਾਮੇ ਸੁਣਾਉਂਦਾ ਰਹਿੰਦਾ ਹੁੰਦਾ ਸੀ ਮਾਡਲੇ ਦੇ ਜੰਗਲਾ ਵਿੱਚ ਕਿਵੇਂ ਉਹ ਗਿਆ ਉੱਥੇ ਉਸਦੇ ਸਾਰੇ ਸਾਥੀ ਕਿਵੇਂ ਮਰ ਚੁੱਕੇ ਸਨ ਤੇ ਉਹ ਇਕੱਲਾ ਹੀ ਬਚਿਆ ਸੀ ਤੇ ਮਤਲਬ ਉਸਦੇ ਕੋਲ ਖਾਣ ਪੀਣ ਲਈ ਵੀ ਕੁਝ ਨਹੀਂ ਬਚਿਆ ਸੀ ਉਸ ਦਾ ਸਾਰਾ ਗੋਲੀ ਸਿੱਕਾ ਮੁੱਕ ਗਿਆ ਸੀ ਪਰ ਪੰਜਵੇਂ ਦਿਨ ਪੰਜ ਦਿਨਾ ਤੱਕ ੁਖਖਾਰ ਰਿਹਾ ਸੀ ਤੇ ਪੰਜਵੇਂ ਦਿਨ ਉਸ ਦਾ ਸਾਰਾ ਗੋਲਿਸ਼ਕਾ ਮੁੱਕ ਗਿਆ ਸੀ ਵੀ ਕੁਐਸਚਨ ਹੋ ਸਕਦਾ ਨਾ ਐਮਸੀਕਿਊ ਵਿੱਚ ਵੀ ਕਿੰਨੇ ਦਿਨਾਂ ਬਾਅਦ ਉਸ ਦਾ ਗੋਲਿਸ਼ਕਾ ਮੁੱਕ ਗਿਆ ਸੀ ਪੰਜ ਦਿਨਾਂ ਬਾਅਦ ਤੇ ਫਿਰ ਉਹ ਕਿਸ ਪ੍ਰਕਾਰ ਉਸ ਦੇ ਸਾਹਮਣੇ ਇੱਕ ਸ਼ੇਰ ਆ ਜਾਂਦਾ ਹੈ ਤੇ ਉਹ ਉਸ ਜੋ ਆਪਣੀ ਆਖਰੀ ਗੋਲੀ ਕਿਸ ਤੇ ਚਲਾਉਂਦਾ ਹੈ ਸ਼ੇਰ ਤੇ ਵੀ ਹੋ ਸਕਦਾ ਹੈ ਠੀਕ ਹੈ ਫਿਰ ਉਹ ਕਿਸ ਪ੍ਰਕਾਰ ਬੱਚੇ ਪਹਿਲੇ ਉਹਦੀ ਕਹਾਣੀ ਸੁਣਦੇ ਹਨ ਸਾਰੀ ਔਰ ਬਾਅਦ ਵਿੱਚ ਉਹ ਤਾੜੀਆਂ ਮਾਰ ਕੇ ਗਾਉਂਦੇ ਹਨ ਉਸ ਦਾ ਮਜ਼ਾਕ ਕਰਦੇ ਹਨ ਤੇ ਇਸੇ ਤਰ੍ਹਾਂ ਚਾਚਾ ਸ਼ਿਰੂ ਇੱਕਰਾਸੁੱਤਾ ਹੁੰਦਾ ਹੈ ਤੇ ਉਸਦੀ ਕੋਠੜੀ ਜੋ ਕਿ ਉਹਦਾ ਟੁੱਟਾ ਫੁੱਟਾ ਕੋਠਰਾ ਉਸ ਵਿੱਚ ਇੱਕ ਕਤੂਰਾ ਅੰਦਰ ਵੜ ਜਾਂਦਾ ਹੈ ਤੇ ਉਹ ਕਿੱਥੇ ਬੈਠਦਾ ਕਤੂਰਾ ਐਮਸੀਕਿਉ ਚਲੋ ਅੱਗੇ ਕਰਦੇ ਹਾਂ ਤੇ ਚਾਚੇ ਨੂੰ ਪਤਾ ਨਹੀਂ ਚੱਲਦਾ ਕਿ ਅੰਦਰ ਕਤੂਰਾ ਆ ਚੁੱਕਿਆ ਤੇ ਕਤੂਰਾ ਜੋ ਹੈ ਚੂੰ-ਚੂੰ ਕਰਦਾ ਹੈ ਚਾਚਾ ਡਰ ਜਾਂਦਾ ਹੈ ਐਸੀ ਅੰਤਰਭ ਕਾ ਕਤਰਵ ਕੀ ਹੁੰਦਾ ਡਰਨਾ ਤੇ ਚਾਚਾ ਡਰ ਜਾਂਦਾ ਹੈ ਫਿਰ ਕਿਸ ਪ੍ਰਕਾਰ ਉਸ ਨੂੰ ਭੂਤ ਸਮਝਣ ਲੱਗ ਜਾਂਦਾ ਹੈ ਤੇ ਆਪਣੀ ਜਾਨ ਬਚਾਣ ਲਈ ਬਾਹਰ ਭੱਜਦਾ ਹੈ ਤੇ ਜੋ ਆਸ-ਪड़ोस ਵਾਲੇ ਸਾਰੇ ਇਕੱਠੇ ਹੋ ਜਾਂਦੇ ਨੇ ਜਦੋਂ ਆਸ-ਪड़ोस ਵਾਲਿਆਂ ਨੂੰ ਪਤਾ ਚੱਲਦਾ ਹੈ ਕਿ ਚਾਚਾ ਸ਼ਿਰੂ ਇੱਕ ਛੋਟੇ ਜਿਹੇ ਕਤੂਰੇ ਤੋਂ ਡਰ ਗਿਆ ਹੈ ਤਾਂ ਸਾਰੇ ਉਸ ਦਾ ਮਜ਼ਾਕ ਉਡਾਉਂਦੇ ਹਨ ਤੇ ਉਹ ਇਸ ਘਟਨਾ ਤੋਂ ਬਾਅਦ ਜੋ ਹੈ ਚਾਚਾ ਸ਼ਿਰੂ ਨੇ ਕਦੀ ਵੀ ਇਹ ਮਾਂਡਲੇ ਵਾਲੀ ਬਹਾਦਰੀ ਦੇ ਕਾਰਨਾਮੇ ਬੱਚਿਆਂ ਨੂੰ ਸੁਣਾਏ ਨਹੀਂ ਉਸ ਤੋਂ ਬਾਅਦ ਉਸਨੇ ਬੰਦ ਕਰ ਦਿੱਤੇ ਇਹ ਤੇ ਸੀ ਤੁਹਾਡਾ ਚਾਚਾ ਚੂਹਾ ਮਾਰਿਆ ਲੈਸਨ ਤੇ ਹੁਣ ਅਸੀਂ ਕਰ ਕਰਦੇ ਹਾਂ ਇਸ ਦੇ ਪਹਿਲੇ ਸਵਾਲ ਇਸ ਤੇ ਵਰਡ मीनिंग ਕਰ ਲੈਂਦੇ ਹਾਂ ਜੋ ਇਸ ਜੈਸੇ ਵਰਡ मीनिंग ਹਨ ਜੋ ਉਹ ਟਰੂ ਫਾਲਸ ਫਾਲਸ ਵਿੱਚ ਆਉਣਗੇ ਕਿ ਇਸ ਦਾ ਇਹ ਆਨਸਰ ਟਰੂ ਹੈ ਜਾਂ ਫਾਲਸ ਜੈਸੇ ਨਿਆਣੀ ਨਿਆਣੀ ਕੀ ਹੁੰਦੇ ਹਨ ਬੱਚੇ ਨਿਆਣੀ ਸ਼ਬਦ ਦਾ ਅਰਥ ਬੱਚੇ ਹੈ ਇਹ ਗੱਲ ਸਹੀ ਹੈ ਜਾਂ ਗਲਤ ਤੇ ਇਹ ਸਹੀ ਹੈ ਇਸ ਆਨਸਰ ਸਹੀ ਹੈ ਤੇ ਸਹੀ ਤੇ ਟਿਕ ਕਰਾਂਗੇ ਜਾਂ ਕਾਹਲੀ ਸ਼ਬਦ ਦਾ ਅਰਥ ਜਲਦੀ ਹੈ या कहली शब्द का अर्थ की है जल्दी है या देरी इसका अर्थ की हुआ जल्दी है तो आप जल्दी दे क्लिक करा इस प्रकार के दे, दे, फ़ाल्स आ सकते हैं मौज मौज शब्द का अर्थ की है ऐस है ये सही है या गलत तो इसका ये अर्थ सही है ठीक है और नसे ਨਸੇ ਸ਼ਬਦ ਦਾ ਅਰਥ ਕੀ ਹੁੰਦਾ ਹੈ ਰੁਕਣਾ ਹੁੰਦਾ ਹੈ ਜਾਂ ਭੱਜੇ ਹੁੰਦਾ ਹੈ ਠੀਕ ਹੈ ਫਿਰ ਤੁਸੀਂ ਕੀ ਕਹੋਗੇ ਇਸ ਦਾ ਅਰਥ ਕੀ ਹੁੰਦਾ ਹੈ ਭਜਣਾ ਨਸੇ ਮਤਲਬ ਭੱਜ ਗਏ ਭਜਣਾ ਤੇ ਤੁਸੀਂ ਭੱਜੇ ਤੇ ਕਲਿੱਕ ਕਰੋਗੇ ਤੇ ਇਹ ਤੁਸੀਂ ਦੇਖਣਾ ਹੈ ਕਿ ਤੁਸੀਂ ਕਿਸ ਤੇ ਕਲਿੱਕ ਕਰਨਾ ਹੈ ਤਰਬ ਕੇ ਡਰ ਕੇ ਤਰਬਕਣਾ ਕੀ ਹੁੰਦਾ ਡਰਨਾ ਥਿੜਕਦੀ ਕੰਬਦੀ ਹੋਈ ਅਗਾਹਾਂ ਅੱਗੇ ਹਾਸਾ ਹਾਸੀ ਹਾਸਾ ਹਸਣਾ ਮਤਲਬ ਟਿਕਾਣੇ ਟਿਕਾਣੇ ਹੁੰਦਾ ਸਹੀ ਜਗ੍ਹਾ ਤੇ ਪਹੁੰਚਾਉਣਾ ਕਿਸੇ ਚੀਜ਼ ਨੂੰ ਜੈਸੇ ਕਰਤੂਤ ਤਰਤੂਤ ਕੀ ਹੁੰਦਾ ਪੈੜਾ ਕੰਮ ਵੀ ਕਰਤੂਤ ਸਬਦ ਅਰਥ ਪੈੜਾ ਕੰਮ ਹੈ ਸਹੀ ਹੈ ਜਾਂ ਗਲਤ ਇਹ ਤੁਸੀਂ ਦੇਖਣਾ ਹੈ ਮੂਦੇ ਮੂੰਹ ਹੁੰਦਾ ਹੈ ਉਲਟਾ ਬੈਲੀ ਬੈਲੀ ਸਬਦ ਅਰਥ ਦੋਸਤ ਹੈ ਸਹੀ ਹੈ ਜਾਂ ਗਲਤ ਜਾਂ ਦੁਸ਼ਮਣ ਹੈ किसी तरह भी आ सकता है या तो इसका अर्थ दोस्त है सही है या वहली सभा दोस्त है या दुश्मन तो असं दोस्त क्लिक करा कारोबार कारोबार सभादार्थ काम धंधा है सही है चरीट चरीट हूँ है खरोच चरीट की होंगे है खरोच चानन रोशनी कतूरा कुत्ते बच्चा यतन यतन होंगे है कोशिश ਸ਼ੂਰਤ ਹੁੰਦਾ ਹੈ ਹੋਸ ਹੋਸ ਹਣੀ ਬੂਹਾ ਦਰਵਾਜਾ ਬੂਹਾ ਦਾ ਅਰਥ ਕੀ ਹੈ ਦਰਵਾਜਾ ਜੈਸੇ ਸੇਰਸ ਅੰਗ ਬਹਾਦਰ ਦਾ ਨਾਮ ਚੁਣ ਕੇ ਕਿਸ ਨੇ ਰੱਖਿਆ ਕਿਸ ਨੇ ਰੱਖਿਆ ਸੀ ਉਸਦੇ ਮਾਪਿਆਂ ਨੇ ਇਹ ਵੀ ਕੁਐਸਚਨ ਆ ਸਕਦਾ ਵੀ ਕਿੰਨੇ ਰੱਖਿਆ ਸੀ ਉਸਦੇ ਮਾਪਿਆਂ ਰੱਖਿਆ ਸੀ ਆਂਡੀਆਂ ਗਵਾਂਡੀਆਂ ਨੇ ਰੱਖਿਆ ਸੀ ਰਿਸ਼ਤੇਦਾਰਾਂ ਨੇ ਰੱਖਿਆ ਸੀ ਜਾਂ ਉਸਦੇ ਦੋਸਤਾਂ ਨੇ ਰੱਖਿਆ ਸੀ ਤੇ ਇਸ ਦਾ ਆਨਸਰ ਕੀ ਆਇਆ ਮਾਪਿਆਂ ਨੇ ਸਾਰੇ ਮੁਹੱਲੇ ਦੇ ਨਿਆਣੇ ਸਿਰ ਜੰਗ ਬਹਾਦਰ ਨੂੰ ਕਿਸ ਨਾਮ ਨਾਲ ਬੁਲਾਉਂਦੇ ਸਨ ਚਾਚਾ ਸ਼ੇਰੂ ਸ਼ੇਰੂ ਦਾ ਵੱਡਾ ਬੜਾ ਕਿਹੜਾ ਕੰਮ ਕਰਦਾ ਸੀ ਹੁਣੇ ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਸੀ ਵੀ ਕੁਐਸਚਨ ਹੋ ਸਕਦਾ ਦੇਖੋ ਇਹ ਇੱਚ ਵੀ ਕੁਐਸਚਨ ਹੈ ਤੇ ਅਸੀਂ ਇਹਨੂੰ ਐਮਸੀਕਿਊ ਵਿੱਚ ਵੀ ਕਨਵਰਟ ਕਰ ਸਕਦੇ ਹਾਂ ਕੀ ਕੰਮ ਕਰਦਾ ਸੀ ਸਬਜ਼ੀ ਦੀ ਦੁਕਾਨ ਸੀ ਔਰ ਉਸਦੇ ਜੋ ਛੋਟੇ ਦੋ ਪ੍ਰਾਸਨ ਉਹ ਕਿਹੜਾ ਕੰਮ ਕਰਦੇ ਸਨ ਹਲਵਾਈ ਦਾ ਕੰਮ ਕਿਹੜਾ ਕੰਮ ਕਰਦੇ ਸੀ ਹਲਵਾਈ ਦਾ ਸ਼ੇਰੂ ਆਥਣ ਵੇਲੇ ਹੁਣ ਆਥਣ ਕੀ ਹੁੰਦਾ ਹੈ ਆਥਣ ਹੁੰਦਾ ਸ਼ਾਮ ਵੇਲੇ ਬੇਵੀ ਸਬਦ ਅਰਥ ਹੋ ਸਕਦਾ ਹੈ ਕਿ ਆਥਮ ਸ਼ਬਦ ਅਰਥ ਸ਼ਵੇਰ ਹੁੰਦਾ ਹੈ ਜਾਂ ਸ਼ਾਮ ਹੁੰਦਾ ਹੈ ਤਾਂ ਕੀ ਹੁੰਦਾ ਹੈ ਸ਼ਾਮ ਆਥਣ ਹੁੰਦਾ ਹੈ ਸ਼ਾਮ ਸ਼ਾਮ ਵੇਲੇ ਬੱਚਿਆਂ ਨੂੰ ਕਿਹੜੇ ਕਹਾਣੀ ਕਰਨਾਮੇ ਸੁਣਾਉਂਦਾ ਸੀ ਆਪਣੀ ਬਹਾਦਰੀ ਦੇ ਬੂਹੇ ਦਾ ਤਖਤਾਂ ਅੰਦਰ ਵੱਲ ਧੱਕ ਕੇ ਪੀਪੇ ਪਿੱਛੇ ਲੁੱਕ ਕੇ ਕੌਣ ਬੈਠ ਗਿਆ ਸੀ ਇੱਕ ਕਤੂਰਾ ਅਕੀਰ ਵਿੱਚ ਚਾਚੇ ਨੇ ਚੂਹੇ ਫੜਨ ਵਾਲਾ ਪਿੰਜਰਾ ਕਿੱਥੇ ਰੱਖ ਦਿੱਤਾ ਸੀ ਪਰ 36 ਤੇ ਜਿੱਦਾਂ ਕਿ ਹੁਣ ਐਮਸੀਕਿਊ ਹਨ ਭਰਤੀ ਅਫਸਰ ਨੇ ਚਾਚਾ ਸ਼ੇਰੂ ਦੀ ਬਹਾਦਰੀ ਪਰਖਣ ਲਈ ਉਸ ਦੇ ਸਿਰ ਉੱਤੇ ਕੀ ਰੱਖ ਦਿੱਤਾ ਸੀ ਕੜਾ ਸ਼ੇਰੂ ਚਾਚਾ ਆਪਣੇ ਘਰਦਿਆਂ ਨੂੰ ਕਿਹੜਾ ਡਰਾਵਾ ਦੇ ਕੇ ਆਇਆ ਸੀ ਭਰਤੀ ਹੋਣ ਦਾ ਜਿਹੜਾ ਡਰਾਵਾ ਦੇ ਕੇ ਆਇਆ ਸੀ ਭਰਤੀ ਹੋਣ ਦਾ ਡਰਾਵਾ ਦੇ ਕੇ ਆਇਆ ਸੀ ਸ਼ੇਰੂ ਦੇ ਭਰਾਵਾਂ ਨੇ ਉਸ ਨੂੰ ਕੀ ਦਿੱਤਾ ਸੀ ਕੀ ਦਿੱਤਾ ਸੀ ਉਸ ਨੂੰ ਪੁਰਾਣਾ ਆਕਾਰ ਸ਼ੇਰੂ ਦੇ ਜੋ ਪ੍ਰਾਸਨ ਉਸ ਉਹਨਾਂ ਨੇ ਉਸ ਨੂੰ ਪੁਰਾਣਾ ਕਰ ਦਿੱਤਾ ਸੀ ਸ਼ੇਰੂ ਚਾਚੇ ਦੇ ਅਨੁਸਾਰ ਉਸ ਨੇ ਮਾਂਡਲੇ ਦੇ ਜੰਗਲ ਵਿੱਚ ਮੋਰਚੇ ਕਿਸ ਵੇਲੇ ਬੁੱਟੇ ਰਾਤੋਂ ਰਾਤ ਕਿਸ ਵੇਲੇ ਬੁੱਟੇ ਸਨ ਰਾਤੋਂ ਰਾਤ ਕਿੰਨੇ ਦਿਨਾਂ ਮਗਰੋਂ ਸ਼ੇਰੂ ਚਾਚੇ ਦਾ ਜੰਗਲ ਵਿੱਚ ਗੋਲੀ ਸਿੱਕਾ ਮੁੱਕਣ ਲੱਗ ਪਿਆ 5 ਦਿਨਾਂ ਮਗਰੋਂ ਕਿੰਨੇ ਦਿਨਾਂ ਮਗਰੋਂ 5 ਦਿਨਾਂ ਮਗਰੋਂ ਉਸ ਦਾ ਗੋਲੀ ਸਿੱਕਾ ਮੁੱਕਨ ਲੱਗ ਗਿਆ ਸ਼ੇਰੂ ਚਾਚੇ ਨੇ ਆਪਣੀ ਆਖਰੀ ਗੋਲੀ ਕਿਸ ਤੇ ਚਲਾਈ ਸੀ ਸ਼ੇਰ ਉਤੇ ਆਪ ਨੇ ਪੜਿਆ ਸੀ ਸ਼ੇਰੂ ਚਾਚੇ ਦੀ ਕੋਠੜੀ ਵਿੱਚ ਉਸ ਤੇ ਉਸ ਨੂੰ ਕੌਣ ਤੰਗ ਕਰਦਾ ਸੀ ਚੂਹੇ ਜੋ ਕਿ ਇਸ ਲੈਸਨ ਦਾ ਵੀ ਨਾਮ ਹੈ ਕਿ ਚਾਚਾ ਚੂਹਾ ਮਾਰਿਆ ਇਸ ਦਾ ਆਨਸਰ ਵੀ ਚੂਹੇ ਹੀ ਹੋਏਗਾ ਉਸ ਨੂੰ ਚੂਹੇ ਤੰਗ ਕਰਦੇ ਸੀ ਮੰਜੀ ਅਤੇ ਬੂਹੇ ਦੇ ਵਿਚਕਾਰ ਕੀ ਪਿਆ ਹੋਇਆ ਸੀ ਪੀਪਾ ਜਿਸ ਦੇ ਪਿੱਛੇ ਜਾ ਕੇ ਉਹ ਕਤੂਰਾ ਛिप ਜਾਂਦਾ ਹੈ ਪਿੰਜਰੇ ਦੀ ਫੱਟੀ ਵਿੱਚ ਕਿਸ ਦਾ ਮੂੰਹ ਕੁੱਟਿਆ ਪਿਆ ਸੀ ਕਤੂਰੇ ਦਾ ਕਿਸ ਦਾ ਮੂੰਹ ਕੁੱਟਿਆ ਪਿਆ ਸੀ ਕਤੂਰੇ ਦਾ ਠੀਕ ਹੈ ਜਿਵੇਂ ਜਿਸੀ ਐਮਸੀਕਿਊ ਹਨ ਆਥਨ ਆਥਨ ਕੀ ਹੁੰਦਾ ਸ਼ਾਮ ਹੁਣ ਇਹ ਤੁਹਾਨੂੰ ਕਰਵਾਇਆ ਹਿੰਮਤ ਹਿੰਮਤ ਹੁੰਦਾ ਦਲੇਰੀ ਯੋਜਨਾ ਵਿਉਂਤ ਯੋਜਨਾ ਸਬਦ ਦਾ ਅਰਥ ਵਿਉਣ ਤੇ ਸਹੀ ਹੈ ਸੂਰਤ ਹੋਸ ਤਰਬਕਣਾ ਡਰ ਜਾਣਾ ਜਾਂ ਕਬਰਾ ਜਾਣਾ ਮੋਜ ਐਸ ਇਹ ਜੋ ਐਮਸੀਕਿਊ ਤੁਸੀਂ ਪਹਿਲੇ ਕਰ ਚੁੱਕੇ ਹੋ ਰਫਤਾਰ ਗਤੀ ਬਹਾਦਰੀ ਠੀਕ ਹੈ ਅੱਜ ਦੇ ਲਈ ਇੰਨਾ ਹੀ ਇਸ ਨੂੰ ਅੱਛੀ ਤਰ੍ਹਾਂ ਕਰਨਾ ਤਾਂ ਕਿ ਤੁਹਾਡਾ ਟੈਸਟ ਬਹੁਤ ਅੱਛਾ ਹੋਵੇ ਤੇ ਇਹ ਲੈਕਚਰ ਅਜੇ ਇੱਥੇ ਖਤਮ ਕਰਦੇ ਹਾਂ ਖੁਸ਼ ਰਹੋ ਸੁਰੱਖਿਤ ਰਹੋ ਸਟੇ ਹੋਮ ਗੁੱਡ ਬਾਏ ਐਂਡ ਸਾਸਰੀਆਕਰ